ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ। ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਅਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 16 ਮਾਰਚ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 16 ਮਾਰਚ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਲ ਹੀ ਵਿੱਚ ਰਣਜੀ ਟਰਾਫੀ 2024 ਦਾ ਖਿਤਾਬ ਕਿਸ ਨੇ ਜਿੱਤਿਆ ਹੈ? ਹਾਂਜੀ, ਰਣਜੀ ਟਰਾਫੀ 2024 ਇਸਦਾ ਖਿਤਾਬ ਜਿੱਤਿਆ ਵਾ ਮੁੰਬਈ ਦੀ ਟੀਮ ਨੇ, ਬਿਦਰੰਭ ਦੀ ਟੀਮ ਨੂੰ ਹਰਾ ਕੇ। ਠੀਕ ਹੈ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਮੁੰਬਈ ਨੇ 169 ਦੌੜਾਂ ਦੇ ਨਾਲ ਰਣਜੀ ਟਰਾਫੀ 2024 ਦਾ ਖਿਤਾਬ ਜਿੱਤਿਆ। ਅਤੇ ਰਣਜੀ ਟਰਾਫੀ 2024 ਇਹਦਾ ਕਿੰਨਵਾਂ ਸੰਸਕਰਣ ਹੋਇਆ? 2024 ਦੇ ਵਿੱਚ 42ਵਾਂ ਸੰਸਕਰਣ ਹੋਇਆ। ਅਤੇ ਰਣਜੀ ਟਰਾਫੀ ਦਾ ਖਿਤਾਬ ਮੁੰਬਈ ਨੇ 8 ਵਾਰ ਜਿੱਤਿਆ ਵਾ ਹੁਣ ਤੱਕ। ਅਤੇ ਬਿਦਰੰਭ ਦੀ ਜੇਕਰ ਅਸੀਂ ਗੱਲ ਕਰੀਏ, ਇਸ ਦੀ ਟੀਮ ਨੇ 3 ਵਾਰ ਰਣਜੀ ਟਰਾਫੀ ਦਾ ਖਿਤਾਬ ਜਿੱਤਿਆ ਵਾ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਰਣਜੀ ਟਰਾਫੀ ਦਾ 2024 ਦੇ ਵਿੱਚ ਫਾਈਨਲ ਮੈਚ ਕਿੱਥੇ ਖੇਡਿਆ ਗਿਆ ਸੀ? ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਵਿੱਚ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਹੈ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ। ਨੈਕਸਟ, ਹਾਲ ਹੀ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਕੌਣ ਬਣੇ ਹਨ? ਹਾਂਜੀ, ਪੰਜਾਬ ਮਹਿਲਾ ਕਮਿਸ਼ਨ ਦੇ ਹੁਣ ਤੱਕ ਚੇਅਰਪਰਸਨ ਸੀਗੇ ਮਨੀਸ਼ਾ ਗੁਲਾਟੀ, ਅਤੇ ਇਹਨਾਂ ਦੀ ਜਗ੍ਹਾ ਲਈ ਆ ਰਾਜ ਲਾਲੀ ਗਿੱਲ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਰਾਜ ਲਾਲੀ ਗਿੱਲ, ਅਤੇ ਇਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਬਣੇ ਆ। ਕਲੀਅਰ? ਹਾਂਜੀ, ਹੁਣ ਪੰਜਾਬ ਦੇ ਬਣੇ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ। ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ, ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ, ਗਵਰਨਰ ਆ ਬਨਵਾਰੀ ਲਾਲ ਪੁਰੋਹਿਤ। ਖੇਤਰਫਲ ਦੇ ਪੱਖੋਂ ਭਾਰਤ ਦੇ ਵਿੱਚ ਪੰਜਾਬ ਦਾ 19ਵਾਂ ਸਥਾਨ ਆ। ਠੀਕ ਹੈ, 19ਵਾਂ ਰਾਜ ਆ ਭਾਰਤ ਦਾ ਖੇਤਰਫਲ ਦੇ ਪੱਖੋਂ ਪੰਜਾਬ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਕਿੰਨਾ ਖੇਤਰਫਲ ਮਿਲਿਆ ਹੋਇਆ ਭਾਰਤ ਦਾ ਪੰਜਾਬ ਨੂੰ? 1.5%। ਠੀਕ ਹੈ, 1.54, ਜਿਹਨੂੰ 1.5% ਹੀ ਬੋਲ ਦਿੱਤਾ ਜਾਂਦਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਪੰਜਾਬ ਦਾ ਖੇਤਰਫਲ ਹੈ ਕਿੰਨਾ? 50,362 ਵਰਗ ਕਿਲੋਮੀਟਰ। ਅਤੇ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂ ਗਾ, ਪਰ ਵਾਈਲਡਲਾਈਫ ਸੈਂਚੁਰੀਜ਼ 13 ਨੇ। ਠੀਕ ਹੈ, ਜਿਨ੍ਹਾਂ ਦੇ ਵਿੱਚੋਂ 12 ਸਰਕਾਰੀ ਮਾਲਕੀਅਤ ਵਾਲੀਆਂ, ਇੱਕ ਨਿੱਜੀ ਮਾਲਕੀਅਤ ਵਾਲੀ ਆ ਜਿਹਦੀ ਦੇਖ ਰੇਖ ਵਿਸ਼ਨੋਈ ਪਰਿਵਾਰ ਕਰ ਰਿਹਾ, ਅਤੇ ਉਹ ਹੈ ਅਬੋਹਰ ਵਾਈਲਡਲਾਈਫ ਸੈਂਚੁਰੀ, ਜਿਹੜੀ ਕਾਲੇ ਹਿਰਨ ਦੇ ਲਈ ਮਸ਼ਹੂਰ ਆ। ਅਤੇ ਪੰਜਾਬ ਦੇ ਵਿੱਚ, ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ, ਇਹ ਲੱਗਦੀ ਆ ਪਾਕਿਸਤਾਨ ਨੂੰ। ਅਤੇ ਕਿੰਨੇ ਕਿਲੋਮੀਟਰ ਦੀ ਹੱਦ ਲੱਗਦੀ ਆ ਪਾਕਿਸਤਾਨ ਨੂੰ? 425 ਕਿਲੋਮੀਟਰ ਦੀ ਹੱਦ ਪਾਕਿਸਤਾਨ ਨੂੰ ਲੱਗਦੀ ਆ ਪੰਜਾਬ ਦੀ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਕਿੰਨੇ ਜ਼ਿਲ੍ਹੇ ਟੱਚ ਕਰਦੇ ਆ ਪੰਜਾਬ ਦੇ ਪਾਕਿਸਤਾਨ ਨੂੰ? 6 ਜ਼ਿਲ੍ਹਿਆਂ ਦੀ ਹੱਦ ਲੱਗਦੀ ਆ। ਠੀਕ ਹੈ, ਅਤੇ ਪੰਜਾਬ ਦੀ ਕਿੰਨੇ ਰਾਜਾਂ ਨੂੰ ਹੱਦ ਲੱਗਦੀ ਆ? ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼। ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੱਦ ਲੱਗਦੀ ਹੈ? ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਨੂੰ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਹੁਤ ਵਾਰ ਪੁੱਛਿਆ ਜਾ ਚੁੱਕਿਆ ਐਗਜ਼ਾਮ ਦੇ ਵਿੱਚ। ਅਤੇ ਪੰਜਾਬ ਦੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ, ਅਤੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ। ਅਤੇ ਪੰਜਾਬ ਦੀ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਜਿਹੜੀ ਨਿੱਕ ਦੂਰੀ ਆ, ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਦੂਰੀ, ਇਹ ਦੂਰੀ ਆ ਜਿਹੜੀ ਪੰਜਾਬ ਦੀ। ਠੀਕ ਹੈ, ਇਹ ਹੈਗੀ ਆ 335 ਕਿਲੋਮੀਟਰ। ਅਤੇ ਜਿਹੜੀ ਪੂਰਬ ਤੋਂ ਪੱਛਮ ਤੱਕ ਦੀ ਦੂਰੀ ਆ, ਇਹ ਹੈਗੀ ਆ 300 ਕਿਲੋਮੀਟਰ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ।
ਪੰਜਾਬ ਦੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਅਤੇ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ, ਰਾਜ ਭਾਸ਼ਾ ਪੰਜਾਬੀ, ਰਾਜ ਪੰਛੀ ਆ ਬਾਜ਼, ਰਾਜ ਦਰਖਤ ਆ ਟਾਹਲੀ, ਰਾਜ ਜਲ ਜੀਵ ਆ ਸਿੰਧ ਨਦੀ ਦੀ ਡੋਲਫਿਨ, ਰਾਜ ਫੁੱਲ ਆ ਗਲੇਡੀਓਲਸ। ਹਾਂਜੀ, ਨੈਕਸਟ ਹੈ, ਹਾਲ ਹੀ ਵਿੱਚ ਚੰਡੀਗੜ੍ਹ ਦੇ ਨਵੇਂ DGP ਵਜੋਂ ਕਿਸ ਨੂੰ ਚੁਣਿਆ ਗਿਆ? ਹਾਂਜੀ, ਚੰਡੀਗੜ੍ਹ ਦੇ ਨਵੇਂ DGP ਬਣੇ ਆ ਸੁਰਿੰਦਰ ਸਿੰਘ ਯਾਦਵ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ, ਅਤੇ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਨਵੇਂ DGP ਸੁਰਿੰਦਰ ਸਿੰਘ ਯਾਦਵ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸ਼੍ਰੀ AS ਰਾਜੀਵ ਨੂੰ CBC ਵਿੱਚ ਵਿਜੀਲੈਂਸ ਕਮਿਸ਼ਨਰ ਚੁਣਿਆ ਗਿਆ, ਅਨੁਰਾਗ ਅਗਰਵਾਲ ਨੂੰ ਸੰਸਦ ਦੀ ਸੁਰੱਖਿਆ ਦਾ ਮੁਖੀ ਬਣਾਇਆ ਗਿਆ, ਆਸਾ ਲਾਕੜਾ ਨੂੰ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲਡ ਟ੍ਰਾਈਬ ਦਾ ਮੈਂਬਰ ਚੁਣਿਆ ਗਿਆ, MR ਕੁਮਾਰ ਨੂੰ ਬੈਂਕ ਆਫ ਇੰਡੀਆ ਦਾ ਗੈਰ ਕਾਰਜਕਾਰੀ ਚੇਅਰਮੈਨ ਚੁਣਿਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਕਿਸ ਨੂੰ ਦਿੱਤਾ ਗਿਆ? ਹਾਂਜੀ, ਸੰਗੀਤ ਨਾਟਕ ਅਕੈਡਮੀ ਪੁਰਸਕਾਰ ਮਿਲਿਆ ਵਾ ਮੰਜੁਲਾ ਰਾਮਾ ਸਵਾਮੀ ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ, ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮੰਜੁਲਾ ਰਾਮਾ ਸਵਾਮੀ ਅਤੇ ਭਾਰਤ ਨੱਟਿਅਮ ਗੁਰੂ ਆ। ਠੀਕ ਹੈ, ਅਤੇ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਅਮਿਤਾਭ ਘੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ 2024 ਦਿੱਤਾ ਗਿਆ, ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਰਿਕੇਨ ਯਾਮਾਮੋਟੋ ਨੇ 2024 ਦਾ ਪ੍ਰੀਟੀਅਕਰ ਇਨਾਮ ਜਿੱਤਿਆ। ਨੈਕਸਟ ਹੈ, ਹਾਲ ਹੀ ਵਿੱਚ ਫੁੱਲਦੇਈ ਦਾ ਤਿਉਹਾਰ ਕਿੱਥੇ ਸ਼ੁਰੂ ਹੋਇਆ ਹੈ? ਹਾਂਜੀ, ਫੁੱਲਦੇਈ ਤਿਉਹਾਰ ਇਹ ਮਨਾਇਆ ਜਾਂਦਾ ਵਾ ਜੀ ਉੱਤਰਾਖੰਡ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਬਸੰਤ ਦੀ ਸ਼ੁਰੂਆਤ ਦੇ ਵਿੱਚ ਇਹ ਤਿਉਹਾਰ ਆ ਜਿਹੜਾ ਮਨਾਇਆ ਜਾਂਦਾ, ਬੱਚੇ ਫੁੱਲਾਂ ਨੂੰ ਇਕੱਠਾ ਕਰਦੇ ਆ, ਮੰਦਿਰ ਅਤੇ ਘਰਾਂ ਦੇ ਵਿੱਚ ਚੜ੍ਹਾਉਂਦੇ ਆ ਅਤੇ ਉਸ ਤੋਂ ਬਾਅਦ ਉਹ ਭੋਜਨ ਕਰਦੇ ਆ। ਠੀਕ ਹੈ, ਅਤੇ ਇਹਦੇ ਵਿੱਚ ਇਹ 8 ਦਿਨਾਂ ਦਾ ਤਿਉਹਾਰ ਹੁੰਦਾ ਫੁੱਲਦੇਈ ਤਿਉਹਾਰ, ਜਿਹੜਾ ਕਿ ਉੱਤਰਾਖੰਡ ਦੇ ਵਿੱਚ ਮਨਾਇਆ ਜਾਂਦਾ। ਹੁਣ ਉੱਤਰਾਖੰਡ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ। ਉੱਤਰਾਖੰਡ ਦੀ ਕੈਪੀਟਲ ਆ ਦਹਿਰਾਦੂਨ, ਸਮਰ ਕੈਪੀਟਲ ਆ ਗੈਰਸੇਂ। ਇੱਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ, ਗਵਰਨਰ ਆ ਗੁਰਮੀਤ ਸਿੰਘ। ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ ਹੈਲੀ ਨੈਸ਼ਨਲ ਪਾਰਕ, ਸਭ ਤੋਂ ਪਹਿਲਾ ਨੈਸ਼ਨਲ ਪਾਰਕ ਬਣਿਆ ਸੀ 1936 'ਚ, ਜਿਸਦਾ ਨਾਮ ਆ ਹੈਲੀ ਨੈਸ਼ਨਲ ਪਾਰਕ, ਅਤੇ ਉੱਤਰਾਖੰਡ ਦੇ ਵਿੱਚ ਆ। ਠੀਕ ਹੈ, ਅਤੇ ਵਰਤਮਾਨ ਸਮੇਂ ਇਸਦਾ ਨਾਮ ਆ ਜਿਮ ਕਾਰਬੇਟ ਨੈਸ਼ਨਲ ਪਾਰਕ। ਹੁਣ ਉੱਤਰਾਖੰਡ ਦੇ ਵਿੱਚ ਜਿਮ ਕਾਰਬੇਟ ਨੈਸ਼ਨਲ ਪਾਰਕ ਆ, ਗੰਗੋਤਰੀ ਨੈਸ਼ਨਲ ਪਾਰਕ ਆ, ਰਾਜਾ ਜੀ ਨੈਸ਼ਨਲ ਪਾਰਕ ਆ, ਨੰਦਾ ਦੇਵੀ ਨੈਸ਼ਨਲ ਪਾਰਕ ਆ, ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਆ, ਗੋਬਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਕਮਾਉਣੀ ਗੜਬਾਲੀ, ਟਹਿਰੀ ਬਨ ਯੋਜਨਾ ਉੱਤਰਾਖੰਡ ਵਿੱਚ ਆ, ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਉੱਤਰਾਖੰਡ ਵਿੱਚ ਆ, ਉੱਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਆ, ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਹਿਮਾਲੀਅਨ ਬਾਸਕਿਟ ਲਾਂਚ ਕੀਤੀ, ਉੱਤਰਾਖੰਡ ਵਸਤੂ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ, ਉੱਤਰਾਖੰਡ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੋਧ ਧਾਮੀ ਮੁਹਿੰਮ ਦੀ ਸ਼ੁਰੂਆਤ ਕੀਤੀ, ਉੱਤਰਾਖੰਡ ਸਰਕਾਰ ਨੇ ਬਾਹਰੀ ਲੋਕਾਂ ਦੁਆਰਾ ਖੇਤੀਬਾੜੀ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ। ਸੰਯੁਕਤ ਫੌਜੀ ਅਭਿਆਸ ਸੂਰਜ ਕਿਰਨ ਦਾ 17ਵਾਂ ਸੰਸਕਰਨ ਪਿਥੌਰਾਗੜ੍ਹ ਵਿੱਚ ਆਯੋਜਿਤ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਵਿਸ਼ਵ ਕਿਡਨੀ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, ਵਿਸ਼ਵ ਕਿਡਨੀ ਦਿਵਸ ਇਹ ਹਰੇਕ ਸਾਲ 14 ਮਾਰਚ ਨੂੰ ਮਨਾਇਆ ਜਾਂਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ, ਹਰੇਕ ਸਾਲ 14 ਮਾਰਚ ਨੂੰ ਨਹੀਂ ਮਨਾਇਆ ਜਾਂਦਾ, ਮਾਰਚ ਦੇ ਦੂਸਰੇ ਵੀਰਵਾਰ ਨੂੰ ਮਨਾਇਆ ਜਾਂਦਾ, ਇਹ ਧਿਆਨ ਰੱਖਣਾ। ਠੀਕ ਹੈ, ਮਾਰਚ ਦਾ ਦੂਸਰਾ ਵੀਰਵਾਰ ਇਸ ਵਾਰ 14 ਮਾਰਚ ਦਾ ਸੀ, ਇਸ ਕਰਕੇ 14 ਮਾਰਚ ਨੂੰ ਵਿਸ਼ਵ ਕਿਡਨੀ ਦਿਵਸ ਮਨਾਇਆ ਗਿਆ ਵਾ, ਅਤੇ ਕਿਡਨੀ ਦੀ ਹੈਲਥ ਬਾਰੇ ਜਾਗਰੂਕਤਾ ਵਧਾਉਣ ਦੇ ਬਾਰੇ ਇਹ ਜਾਗਰੂਕਤਾ ਦਿਵਸ ਵਿਸ਼ਵ ਕਿਡਨੀ ਦਿਵਸ ਮਨਾਇਆ ਜਾਂਦਾ। ਠੀਕ ਹੈ, ਇਸ ਵਾਰ ਦੇ ਕਿਡਨੀ ਦਿਵਸ ਦੀ ਥੀਮ ਸੀਗੀ ਕਿਡਨੀ ਹੈਲਥ ਫੋਰ ਆਲ,
ਤੇ 14 ਮਾਰਚ ਨੂੰ ਇੱਕ ਨਦੀਆਂ ਦੇ ਲਈ ਅੰਤਰਰਾਸ਼ਟਰੀ ਕਾਰਵਾਈ ਦੇ ਲਈ ਦਿਵਸ ਮਨਾਇਆ ਜਾਂਦਾ, ਜਿਸ ਦੀ ਥੀਮ ਸੀਗੀ ਵਾਟਰ ਫੋਰ ਆਲ, ਤੇ 14 ਮਾਰਚ ਨੂੰ ਹੀ ਵਰਲਡ ਪਾਈ ਡੇ ਮਨਾਇਆ ਜਾਂਦਾ। ਪਾਈ ਮੈਥ ਦੇ ਵਿੱਚ ਤੁਸੀਂ ਸੁਣਿਆ ਹੋਣਾ, ਜਿਹਨੂੰ ਅਸੀਂ ਪੜ੍ਹਦੇ ਹਾਂ 2/7, ਯਾਨੀ ਕਿ 3.14, ਠੀਕ ਹੈ। ਇਹਦਾ ਮਤਲਬ ਕੀ ਆ, 14 ਮਾਰਚ, ਠੀਕ ਹੈ, ਤੀਜਾ ਮਹੀਨਾ 14 ਮਾਰਚ, ਅਤੇ 14 ਮਾਰਚ ਨੂੰ ਪਾਈ ਡੇ ਵੀ ਮਨਾਇਆ ਜਾਂਦਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਮਾਰਚ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 ਮਾਰਚ ਨੂੰ ਜ਼ੀਰੋ ਭੇਦਭਾਵ ਦਿਵਸ, ਵਿਸ਼ਵ ਨਾਗਰਿਕ ਰੱਖਿਆ ਦਿਵਸ ਮਨਾਇਆ ਗਿਆ, 3 ਮਾਰਚ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ, ਵਿਸ਼ਵ ਸੁਣਵਾਈ ਦਿਵਸ ਮਨਾਇਆ ਗਿਆ, 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਗਿਆ, 6 ਮਾਰਚ ਨੂੰ ਘਾਣਾ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ, 7 ਮਾਰਚ ਨੂੰ ਜਨ ਅਸ਼ੁੱਧੀ ਦਿਵਸ ਮਨਾਇਆ ਗਿਆ, 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, 10 ਮਾਰਚ ਨੂੰ CISF ਸਥਾਪਨਾ ਦਿਵਸ ਮਨਾਇਆ ਗਿਆ, ਅੰਤਰਰਾਸ਼ਟਰੀ ਮਹਿਲਾ ਜੱਜ ਦਿਵਸ ਮਨਾਇਆ ਗਿਆ, 11 ਮਾਰਚ ਨੂੰ ਵਿਸ਼ਵ ਪਲੰਬਿੰਗ ਦਿਵਸ ਮਨਾਇਆ ਗਿਆ, 12 ਮਾਰਚ ਨੂੰ ਮੋਰੀਸਸ ਦਿਵਸ ਮਨਾਇਆ ਗਿਆ, 13 ਮਾਰਚ ਨੂੰ ਨੋ ਸਮੋਕਿੰਗ ਡੇ ਦਿਵਸ ਮਨਾਇਆ ਗਿਆ। ਨੈਕਸਟ, ਹਾਲ ਹੀ ਵਿੱਚ ਰਾਜਕੁਮਾਰ ਵਿਸ਼ਵਕਰਮਾ ਨੂੰ ਕਿਸ ਰਾਜ ਦਾ ਮੁੱਖ ਸੂਚਨਾ ਕਮਿਸ਼ਨਰ ਚੁਣਿਆ ਗਿਆ? ਹਾਂਜੀ, ਰਾਜਕੁਮਾਰ ਵਿਸ਼ਵਕਰਮਾ, ਇਹਨਾਂ ਨੂੰ ਰੀਸੈਂਟਲੀ ਮੁੱਖ ਕਮਿਸ਼ਨਰ, ਸੂਚਨਾ ਕਮਿਸ਼ਨਰ ਚੁਣਿਆ ਗਿਆ ਵਾ ਉੱਤਰ ਪ੍ਰਦੇਸ਼ ਦਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਉੱਤਰ ਪ੍ਰਦੇਸ਼ ਦੇ ਚੁਣੇ ਗਏ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ? ਲਖਨਊ। ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ, ਗਵਰਨਰ ਆ ਆਨੰਦੀਬੈਨ ਪਟੇਲ। ਉੱਤਰ ਪ੍ਰਦੇਸ਼ ਦੇ ਵਿੱਚ ਦੁਧਵਾ ਨੈਸ਼ਨਲ ਪਾਰਕ ਆ, ਇਹ ਚੀਤਿਆਂ ਲਈ ਫੇਮਸ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਝੋਰਾ, ਨੌਟੰਕੀ, ਕਜਰੀ। ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼। ਅਤੇ ਉੱਤਰ ਪ੍ਰਦੇਸ਼ ਦੇ ਕੁਸੀ ਨਗਰ ਵਿੱਚ ਮਹਾਤਮਾ ਬੁੱਧ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਦਾ ਨੀਂਹ ਪੱਥਰ ਰੱਖਿਆ ਗਿਆ। ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਦੀ ਗ੍ਰਾਂਟ 1500,000 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤੀ। ਉੱਤਰ ਪ੍ਰਦੇਸ਼ ਨੇ ਦੇਸ਼ ਵਿੱਚ ਪਹਿਲੀ ਵਾਰ ਸੈਮੀ ਕੰਡਕਟਰ ਨੀਤੀ ਲਾਗੂ ਕੀਤੀ। ਨੈਕਸਟ ਹੈ, ਹਾਲ ਹੀ ਵਿੱਚ UNDP ਲਿੰਗ ਸਮਾਨਤਾ ਸੂਚਕਾਂਕ ਵਿੱਚ ਕਿਸ ਨੇ ਸਿਖਰ ਦਾ ਸਥਾਨ ਹਾਸਲ ਕੀਤਾ? ਹਾਂਜੀ, UNDP ਲਿੰਗ ਸਮਾਨਤਾ ਸੂਚਨਾ ਸੂਚਕਾਂਕ ਵਿੱਚ ਸਿਖਰ ਦਾ ਸਥਾਨ ਹਾਸਲ ਕੀਤਾ ਵਾ ਡੈਨਮਾਰਕ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। UNDP ਮਤਲਬ ਯੂਨਾਈਟਿਡ ਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮਿੰਗ, ਅਤੇ ਇਸਨੇ ਇੱਕ ਲਿੰਗ ਸਮਾਨਤਾ ਇੰਡੈਕਸ ਜਾਰੀ ਕੀਤਾ ਵਾ, ਜਿਸ ਦੇ ਵਿੱਚ ਟੋਪ 'ਤੇ ਰਿਹਾ ਡੈਨਮਾਰਕ, ਅਤੇ ਸਾਡਾ ਦੇਸ਼ ਭਾਰਤ ਇਸ ਵਿੱਚ 108ਵੇਂ ਨੰਬਰ 'ਤੇ ਆ, ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਇੱਕ ਇੰਡੈਕਸ ਦੀ ਗੱਲ ਆ, ਤਾਂ ਸਾਰੇ ਹੀ ਇੰਡੈਕਸ ਵਿੱਚ ਰੈਂਕਿੰਗ ਦੇਖ ਲੈਂਦੇ ਹਾਂ। ਹੈਨਲੇ ਪਾਸਵਰਡ ਇੰਡੈਕਸ ਜਾਰੀ ਕੀਤਾ ਗਿਆ ਸੀ 2024, ਜਿਸ ਦੇ ਵਿੱਚ ਫਰਾਂਸ ਟੋਪ 'ਤੇ ਰਿਹਾ ਅਤੇ ਭਾਰਤ ਦਾ 85ਵਾਂ ਨੰਬਰ ਆ। ਹੈਦਰਾਬਾਦ, ਪੂਨਾ, ਹੈਦਰਾਬਾਦ ਅਤੇ ਪੂਨਾ ਇਹ ਦੂਸਰੇ 'ਤੇ ਰਿਹਾ ਵਾ, ਨੇ ਮਾਰਸ਼ਰ ਦੇ 2023 ਕੁਆਲਿਟੀ ਆਫ ਲਾਈਫ ਇੰਡੈਕਸ ਵਿੱਚ ਟੋਪ ਦਾ ਸਥਾਨ ਕੀਤਾ ਹੈਦਰਾਬਾਦ ਨੇ। ਪੂਨਾ ਸੈਕਿੰਡ 'ਤੇ ਰਿਹਾ, ਠੀਕ ਹੈ, ਮਹਾਰਾਸ਼ਟਰ ਦਾ ਪੂਨਾ ਵਾ। ਅਤੇ ਗਲੋਬਲ ਰਿਮੋਟ ਵਰਕ ਇੰਡੈਕਸ ਵਿੱਚ ਡੈਨਮਾਰਕ ਟੋਪ 'ਤੇ ਰਿਹਾ। ਹੰਗਰ ਇੰਡੈਕਸ 2023 ਵਿੱਚ ਭਾਰਤ 111ਵੇਂ ਸਥਾਨ 'ਤੇ ਰਿਹਾ, ਜ਼ਿਆਦਾ ਇੰਪੋਰਟੈਂਟ ਆ। ਨੈਕਸਟ ਹੈ, ਹਾਲ ਹੀ ਵਿੱਚ FIH ਪੁਰਸ਼ਾਂ ਦੀ ਵਿਸ਼ਵ ਰੈਂਕਿੰਗ ਵਿੱਚ ਕੌਣ ਸਿਖਰ 'ਤੇ ਰਿਹਾ? ਹਾਂਜੀ, FIH ਪੁਰਸ਼ਾਂ ਦੀ ਵਿਸ਼ਵ ਰੈਂਕਿੰਗ ਦੇ ਵਿੱਚ ਟੋਪ 'ਤੇ ਰਿਹਾ ਵਾ ਨੀਦਰਲੈਂਡ ਟੋਪ 'ਤੇ ਰਿਹਾ ਵਾ, ਠੀਕ ਹੈ। FIH ਵਿਸ਼ਵ ਪੁਰਸ਼ਾਂ ਦੀ ਵਿਸ਼ਵ ਰੈਂਕਿੰਗ ਦੇ ਵਿੱਚ ਨੀਦਰਲੈਂਡ ਟੋਪ 'ਤੇ ਆ, ਅਤੇ ਮਹਿਲਾਵਾਂ ਦੀ ਵਿਸ਼ਵ ਰੈਂਕਿੰਗ ਵਿੱਚ ਵੀ ਨੀਦਰਲੈਂਡ ਹੀ ਟੋਪ 'ਤੇ ਆ, ਠੀਕ ਹੈ। ਸੈਕਿੰਡ 'ਤੇ ਆ ਬੈਲਜੀਅਮ, ਥਰਡ 'ਤੇ ਆ ਜਰਮਨੀ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ ਟਾਟਾ ਮੋਟਰਸ ਕਿਸ ਤਰਾਜ ਵਿੱਚ 9,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ?
ਹਾਂਜੀ, ਟਾਟਾ ਮੋਟਰ ਤਮਿਲਨਾਡੂ ਰਾਜ ਦੇ ਵਿੱਚ 9,000 ਰੁਪਏ ਦੇ 9,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਟਾਟਾ ਮੋਟਰ ਤਮਿਲਨਾਡੂ ਦੇ ਵਿੱਚ ਕਰੇਗੀ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ, ਤਮਿਲਨਾਡੂ ਦੀ ਕੈਪੀਟਲ ਕੀ ਹੈ? ਚੇਨਈ। ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ, ਗਵਰਨਰ ਆ ਆਰ ਐਨ ਰਵੀ। ਭਾਰਤ ਦਾ ਲੋਕ ਨਾਚ ਆ ਭਾਰਤ ਨੱਟਿਅਮ, ਅਤੇ ਤਮਿਲਨਾਡੂ ਦਾ ਵੀ ਰਾਜ ਨਾਚ ਆ, ਠੀਕ ਹੈ, ਭਾਰਤ ਨੱਟਿਅਮ। ਤਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ, ਗਿੰਡੀ ਨੈਸ਼ਨਲ ਪਾਰਕ ਆ, ਇੰਦਰਾ ਗਾਂਧੀ ਨੈਸ਼ਨਲ ਪਾਰਕ ਆ, ਅੰਨਾਮਲਾਈ ਨੈਸ਼ਨਲ ਪਾਰਕ ਆ, ਮਨਾਰ ਨੈਸ਼ਨਲ ਪਾਰਕ ਆ, ਮੁਕੁਰਤੀ ਨੈਸ਼ਨਲ ਪਾਰਕ ਆ, ਸੱਤੇਮੰਗਲਮ ਟਾਈਗਰ ਰਿਜ਼ਰਵ ਆ। ਇਸਨੂੰ TX2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਘਾਂ ਦੀ ਆਬਾਦੀ ਦੁੱਗਣੀ ਹੋ ਗਈ ਆ। ਇਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਚੈਂਬਰ ਮਵਕਮ ਝੀਲ ਆ, ਉਲਟੀ ਝੀਲ ਆ, ਕਾਲੀ ਬੈਲੀ ਝੀਲ ਆ, ਪੋਲਿਕਟ ਝੀਲ ਆ, ਕੋਲਾਬਈ ਝੀਲ ਆ, ਸੋਲਾਬਰਮ ਝੀਲ ਆ, ਬੀਰਨਮ ਝੀਲ ਆ, ਕੁੜੇਕਨਾਲ ਝੀਲ ਆ, ਰੈੱਡ ਹਿਲਸ ਝੀਲ ਆ, ਅੰਬਤੂਰ ਝੀਲ ਆ, ਸਿੰਗਾਨਲੂਰ ਝੀਲ ਆ। ਤਮਿਲਨਾਡੂ ਸਰਕਾਰ ਨੇ ਪਰਿਵਾਰਾਂ ਦੇ ਉਥਾਨ ਲਈ ਨਿੰਗਲ ਨਰਲਾਮਾ ਯੋਜਨਾ ਸ਼ੁਰੂ ਕੀਤੀ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਰਾਸ਼ਟਰ ਇੱਕ ਚੋਣ ਅਤੇ ਸੀਮਾਬੰਦੀ ਪ੍ਰਕਿਰਿਆ ਵਿਰੋਧ ਮਤਾ ਪੇਸ਼ ਕੀਤਾ। ਤਮਿਲਨਾਡੂ ਔਰਤ ਸ਼੍ਰੀਪਤੀ ਤਮਿਲਨਾਡੂ ਦੀ ਸਿਵਲ ਜੱਜ ਬਣੀ, ਕਬਾਇਲੀ ਔਰਤ ਆ ਸ਼੍ਰੀਪਤੀ, ਇਹ ਤਮਿਲਨਾਡੂ ਦੇ ਸਿਵਲ ਜੱਜ ਬਣੀ ਆ। ਹੁੰਡੋਈ ਮੋਟਰ ਇੰਡੀਆ ਅਤੇ IIT ਮਦਰਾਸ ਦੁਆ ਨੇ ਤਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਦੀ ਸਥਾਪਨਾ ਕੀਤੀ। ਟਾਟਾ ਪਾਵਰ ਨੇ ਤਮਿਲਨਾਡੂ ਵਿੱਚ 70,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਨੈਕਸਟ ਹੈ, ਹਾਲ ਹੀ ਵਿੱਚ ਨਵੇਂ ਚੋਣ ਕਮਿਸ਼ਨਰ ਵਜੋਂ ਕਿਸ ਨੂੰ ਚੁਣਿਆ ਗਿਆ? ਹਾਂਜੀ, ਨਵੇਂ ਚੋਣ ਕਮਿਸ਼ਨਰ ਬਣੇ ਆ ਗਿਆਨੇਸ਼ ਕੁਮਾਰ ਅਤੇ ਸੁਖਵੀਰ ਸੰਧੂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਦੇਖ ਸਕਦੇ ਹੋ ਤੁਸੀਂ ਸੁਖਵੀਰ ਸੰਧੂ ਅਤੇ ਗਿਆਨੇਸ਼ ਕੁਮਾਰ, ਅਤੇ ਇਹ ਇਹਨਾਂ ਤੋਂ ਪਹਿਲਾਂ ਸੀਗੇ ਚੋਣ ਕਮਿਸ਼ਨਰ ਅਰੁਣ ਗੋਇਲ, ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਹੁਣ ਉਹਨਾਂ ਦੀ ਜਗ੍ਹਾ 'ਤੇ ਦੋਨੋਂ ਚੁਣੇ ਗਏ ਆ। ਅਤੇ ਸਾਡੇ ਮੁੱਖ ਚੋਣ ਕਮਿਸ਼ਨਰ ਕੌਣ ਆ? ਰਾਜੀਵ ਕੁਮਾਰ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਵੋਟਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਹਾਲ ਹੀ ਵਿੱਚ ਕਿਸ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਭਾਈਵਾਲੀ ਕੀਤੀ? ਵੋਟਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਗੂਗਲ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਭਾਈਵਾਲੀ ਕੀਤੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਪ੍ਰਸਾਰ ਭਾਰਤੀ ਦੀ ਨਵੀਂ ਸੇਵਾ PV ਸ਼ਬਦ ਕਿਸ ਨੇ ਸ਼ੁਰੂ ਕੀਤੀ ਹੈ? ਹਾਂਜੀ, ਪ੍ਰਸਾਰ ਭਾਰਤੀ ਦੀ ਨਵੀਂ ਸੇਵਾ PV ਸ਼ਬਦ ਇਹ ਸ਼ੁਰੂ ਕੀਤੀ ਆ ਅਨੁਰਾਗ ਠਾਕੁਰ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਅਨੁਰਾਗ ਠਾਕੁਰ ਨੇ ਸ਼ੁਰੂ ਕੀਤੀ। ਅਨੁਰਾਗ ਠਾਕੁਰ ਕੌਣ? ਸਾਡੇ ਕੇਂਦਰੀ ਖੇਡ ਮੰਤਰੀ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।